अमृतसर च गुंडागर्दी दा नंगा नाच देखन नूं मिलिया है। दसिए कि गुंडियां दे वल्लों एक घर च दाखल होके परिवार ते हमला कीता गया है। हमले च परिवार दे कई मेंबर जख्मी दसे जा रहे ने। पीड़िता ने हुण इंसाफ दी मंग कीती है। दसदी है कि अमृतसर दे पिंड जंडियाले दी ही घटना है जिथे गुंडियां दे वल्लों एक परिवार ते हमला कीता गया है। घर दे अंदर दाखल होके उन्हां दे परिवार ते हमला कीता गया है ते कई परिवार दे मेंबर जख्मी होए ने। लगातार ही अमृतसर तो अजिहियां खबरां सामने आउंदियां ने ते लगातार ही गुंडियां दे हौसले बुलंद नजर आउंदे ने ते हुण एक परिवार नूं निशाना बनाया गया है। परिवार ते हमला किया गया है। उधर हुण पुलिस वालों भी इस मामले ते जांच शुरू कर दी गई है। आडे कई घरे सारे जाने बैठे आ आडे घर आन के गोलियां चला गोलियां भी चला के नाल दातरा नाल तलवारा आनू कहिंदे बाहर निकलो तानू अज मार देना वा ते कोठे टप के भज के गए। चाचे दे मुंडे अनमोल गोपी और साडी गली दा एक मुंडा गलावर कल राहुल आकाश ए सारे जाने मिल के डे ਅਸੀਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ, ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ, ਸਾਨੂੰ ਇਨਸਾਫ਼ ਦਿੱਤਾ ਜਾਵੇ। ਭਾਅ ਜੀ ਮੈਂ ਤਾਂ ਕੰਮ ਤੇ ਹਾਂ, ਮੈਂ ਕੰਮ ਧੋਣੇ ਆਇਆ, ਮੈਨੂੰ ਇਹ ਫੋਨ ਕਰਨ ਡੇ ਸੀ ਵੀ ਇੱਦਾਂ ਇੱਦਾਂ ਗੱਲ ਘਰ ਹੋ ਗਈ ਆ ਅਤੇ ਮੈਂ ਆਉਣ ਡਿਆ ਮੈਨੂੰ ਕਿਹਾ ਵੀ ਨਾ ਆਈ ਤੂੰ, ਠੀਕ ਹੈ। ਮੈਂ ਉੱਥੇ ਰੁਕ ਗਿਆ ਵਾਂ, ਮੈਂ ਸ਼ਮਸ਼ੇਰ ਭਾਅ ਜੀ ਕੋਲ ਗਿਆ, ਉੱਥੇ ਜਾ ਕੇ ਮੈਂ ਕਿਹਾ ਵਾ ਭਾਅ ਜੀ ਮੈਂ ਨਹੀਂ ਜਾ ਸਕਦਾ, ਫਿਰ ਮੈਂ ਤੁਹਾਡਾ ਸਹਾਰਾ ਲਿਆ, ਉਸ ਹਿਸਾਬ ਨਾਲ ਮੈਂ ਆਇਆ ਭਾਅ ਜੀ। ਰੋਟੀ ਵੀ ਨੀ ਖਾਧੀ, ਮੈਂ ਘਰ ਨੀ ਹਾਂ, ਮੈਂ ਕਿਸੇ ਦੇ ਘਰ ਗਈ ਹਾਂ ਤੇ ਮੇਰੇ ਆਉਂਦਿਆਂ ਨੂੰ ਮੇਰਾ ਪੁੱਤ ਮਹਾ ਬਚੇ ਆ, ਕੰਧਾਂ ਟੱਪ ਕੇ ਭੱਜੇ, ਕੋਠਾ ਟੱਪ ਕੇ ਭੱਜੇ ਆ, ਦੋਵੇਂ ਪੁੱਤ ਮੇਰੇ ਮੇਰੀ ਧੀ ਦੀ ਇੱਜ਼ਤ ਨੂੰ ਪਏ ਆ ਤੇ ਮੈਨੂੰ ਇਨਸਾਫ਼ ਚਾਹੀਦਾ। ਮੈਨੂੰ ਪੁਲਿਸ ਵਾਲੇ ਆਏ ਸੀ ਤੇ ਵੇਖ ਕੇ ਗਏ ਆ ਤੇ ਮੈਨੂੰ ਇਨਸਾਫ਼ ਚਾਹੀਦਾ ਭਾਅ ਜੀ। ਨੁਕਸਾਨ ਮੇਰਾ ਸਾਰਾ ਹੋਇਆ, ਮੋਟਰਸਾਈਕਲ ਦੋ ਤੋੜ ਗਏ, ਫਰਿੱਜਾਂ ਤੋੜ ਗਏ, ਬੈੱਡ ਤੋੜ ਗਏ, ਮੇਰੇ ਸਿਲੰਡਰਾਂ ਦੀਆਂ ਚੀਜ਼ਾਂ ਸਾਰਾ ਕੁਝ ਤੋੜ ਗਏ, ਮੇਰਾ ਰੋਟੀ ਪਾਣੀ ਵੀ ਰੋਡ ਵਾਲੀ ਸਾਰਾ ਕਰ ਗਏ। ਮੇਰਾ ਤਾਂ ਬੰਦਾ ਵਿਚਾਰਾ 10:30-11 ਵਜੇ ਕੰਮ ਤੋਂ ਰਕਸ਼ਾ ਵਾਹ ਕੇ ਆਉਂਦਾ। ਮੈਂ ਕੰਮ ਕੀਤਾ ਗਿਆ, ਇਹ ਬੰਦੇ ਸਾਡੇ ਲਾਗੀ ਗੁਆਂਢੀ ਆ, ਮੇਰੇ ਜੇਠ ਦੇਰ ਦਾ ਮੁੰਡਾ ਵਾ, ਮੁੰਡੇ ਆ ਦੋਵੇਂ ਮੁੰਡੇ ਆ, ਲਾਗੇ ਗੁਆਂਢੀਆਂ ਦੇ ਦੋ ਮੁੰਡੇ ਆ, ਪਿੱਛੋਂ ਲਿਆਏ 4-5-15-20 ਮੁੰਡੇ ਜੋ ਜਿਹੜੇ ਮੇਰੇ ਆਣ ਕੇ ਮੇਰੀ ਧੀ ਦੀ ਇੱਜ਼ਤ ਨੂੰ ਵੀ ਪਏ ਜੋ, ਤਾਂ ਆਹ ਗੋਲੀਆਂ ਵੀ ਚਲਾ ਕੇ ਗਏ ਜੋ, ਆਹ ਮੌਕਾ ਪੁਲਿਸ ਵੇਖ ਕੇ ਗਈ ਜੋ। ਮੈਨੂੰ ਇਨਸਾਫ਼ ਚਾਹੀਦਾ ਭਾਅ ਜੀ, ਮੈਨੂੰ ਇਨਸਾਫ਼ ਚਾਹੀਦਾ, ਬਸ ਮੈਂ ਇਨਸਾਫ਼ ਮੰਗਦੀ, ਮੇਰੀ ਧੀ ਦੀ ਇੱਜ਼ਤ ਦਾ ਵੀ ਇਨਸਾਫ਼ ਮੰਗਦੀ ਮੈਂ। ਸਰ ਇਹ ਮੇਰੇ ਡੈਡੀ ਨੇ ਸਰ, ਇਹ ਮੈਂ ਅਜੇ 7 ਵਜੇ ਘਰੇ ਵੜਿਆ, ਜੋ ਮੋਟਰਸਾਈਕਲ ਲਾਇਆ ਵਾ ਅਤੇ ਮੇਰੇ ਮਗਰੇ ਮੁੰਡੇ ਆ ਗਏ ਆ। ਹਾਂਜੀ ਸਰ, 20-25 ਮੁੰਡੇ ਜੋ ਲਾੜੋ ਸਾਹਿਬ। ਕਾਰਨ ਕੀ ਹੈ, ਕਿਉਂ ਤੇਰੇ ਮਗਰ ਲੱਗੇ ਹੋ? ਸਰ ਮੈਂ ਤਾਂ ਜਾਂਦੀ ਆ ਗਿਆ, ਪਤਾ ਨਹੀਂ ਕਿਹੜੇ ਚੱਕਰ 'ਚ ਜੋ ਪਹਿਲੋਂ ਦੇ ਕਿਤੇ ਖਲੋਤੇ ਉੱਥੇ ਬਾਹਰ। ਹਾਂਜੀ ਕੱਲ੍ਹ ਵੀ ਤੁਹਾਡੀ ਲੜਾਈ ਹੋਈ ਸਰ? ਕੱਲ ਵੀ ਮੈਂ ਲੰਮੇ ਪਿਆ, ਪਹਿਲੋਂ ਦੀ ਅੰਮ੍ਰਿਤਸਰੋਂ ਹੀ ਲੜਾਈ ਚੱਲਦੀ ਆਉਣ ਡੀ ਪਹਿਲੋਂ ਦੀ। ਕਿਉਂ, ਕੀ ਕਾਰਨ ਕੀ ਇਹ? ਸਰ ਪਹਿਲੋਂ ਦੀ ਪਹਿਲੇ ਪਿੱਛੇ ਜੇ ਲੜਾਈ ਹੋਈ ਸੀ, ਸੜਕ ਹੋ ਗਿਆ ਵਾ, ਉਹ ਚਾਚਾ ਅਤੇ ਡੈਡੀ ਮੇਰਾ ਆਉਣ ਡੇ, ਚਾਚੇ ਦੇ ਸਾਰੀ ਲੜਾਈ ਕਰਾਈ ਜੋ ਡੈਡੀ ਕਹਿ ਕੇ, ਠੀਕ ਆ। ਡੈਡੀ ਨੂੰ ਇਹ ਕਿਹਾ ਸੀ ਵੀ ਤੂੰ ਸਾਡੇ ਘਰੋਂ ਮੁੰਡੇ ਰੋਕਣੇ ਆ, ਅਤੇ ਡੈਡੀ ਮੈਨੇ ਮੁੰਡਿਆਂ ਨੂੰ ਰੋਕਿਆ, ਉਲਟਾ ਕੀ ਕਹਿੰਦੇ ਸਾਡੇ ਸਿਰ ਲੜਾਈ ਪੈ ਗਈ ਸਾਰੀ। ਕਿਉਂ ਰੋਕਿਆ ਮੁੰਡਿਆਂ ਨੂੰ, ਕੀ ਕਾਰਨ ਕੀ? ਮਤਲਬ ਸਰ ਸਾਡੇ ਘਰ ਕੁੜੀ ਆ, ਠੀਕ ਆ, ਅਸੀਂ ਡੱਕਦੇ ਵੀ ਕੀ ਕਹਿੰਦੇ ਮੁੰਡੇ ਨਹੀਂ ਇੱਥੇ ਆਉਣੇ ਚਾਹੀਦੇ, ਤੁਹਾਨੂੰ ਪਤਾ ਸਰ ਨਹੀਂ ਸਹੀ ਨਹੀਂ ਲੱਗੀ ਦਾ। ਤੁਹਾਡੀ ਭੈਣ ਜਵਾਨ? ਹਾਂਜੀ ਸਰ। ਮੁੰਡੇ ਕਿਉਂ ਆਉਂਦੇ ਸੀ, ਕੀ ਕਰਨਾ ਸਰ ਇੱਥੇ? ਹਾਂਜੀ ਸਰ, ਨਸ਼ਾ ਵੇਚਦੇ ਆ, ਕੀ ਕਹਿੰਦੇ ਨਸ਼ਾ ਉੱਤੇ ਕਰਦੇ ਜੋ, ਬਹਿ ਕੇ ਸਾਰੇ ਸਿਗਰਟਾਂ ਪੀਂਦੇ, ਸ਼ਰਾਬ ਪੀਂਦੇ ਜੋ, ਉੱਥੇ ਉੱਤੇ ਢਾਣੀਆਂ ਬਣਾ ਕੇ ਬਹਿੰਦੇ ਜੋ। ਕੀ ਮੰਗ ਕਰਦੇ ਸਰ? ਮੰਗਾਂ ਨੂੰ ਇਨਸਾਫ਼ ਦਿੱਤਾ ਜਾਵੇ ਸਰ, ਸਾਡਾ ਕਿੰਨਾ ਨੁਕਸਾਨ ਕੀਤਾ ਇਹਨਾਂ ਨੇ। ਸਰ ਕੀ ਕਹਿੰਦੇ, ਇਹ ਗੱਟੇ ਲਈ ਫਿਰਦੇ ਆ, ਗੋਲੀ ਨਹੀਂ ਜੋ ਚੱਲੀ ਹੈ, ਸਾਰਾ ਦਾਤਰਾ ਨਾ ਸਾਰੀ ਹੋਈ ਜੋ ਵਾਰਦਾਤ ਜਿੰਨੀ ਵੀ ਹੋਈ ਹੈ। ਸਰ ਇਹ ਮੇਰੇ ਚਾਚੇ ਦੇ ਲੜਕੇ ਜੋ ਲੱਗ ਗਏ, ਦੋ ਆ ਗਵਾਂਢੀਆਂ ਦੇ ਲੜਕੇ ਜੋ ਇੱਥੇ ਗਲੀ 'ਚ, ਅਤੇ ਬਾਕੀ ਹੋਰ ਮੁੰਡੇ ਆਏ ਜੋ, ਇੱਕ ਆਕਾਸ਼, ਇੱਕ ਅਨਮੋਲ, ਇੱਕ ਗੋਪੀ, ਇੱਕ ਗਲਾਵਰ ਅਤੇ ਇੱਕ ਰਾਹੁਲ ਜੋ ਕੀ ਕਹਿੰਦੇ ਇੱਧਰ ਪ੍ਰੀਤ, ਇਹ ਮੱਲੀਆਂ ਪਿੰਡ ਦੇ ਰਹਿਣ ਵਾਲੇ ਜੋ ਸਾਰੇ, ਅਤੇ ਬਾਕੀ 20-25 ਜਾਣੇ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਜੋ। ਸਰ ਆਪਣਾ ਇਤਲਾਹ ਇਹ ਜੀ, ਪਿੰਡ ਮੱਲੀਆਂ ਇਸ ਤਰ੍ਹਾਂ ਝਗੜਾ ਆ ਅਤੇ ਨੁਕਸਾਨ ਕੀਤਾ ਵਾ ਕਾਫੀ ਘਰ ਦਾ, ਅਤੇ ਕਾਨੂੰਨ ਮੁਤਾਬਕ ਸਰ ਗਏ ਜੀ ਉੱਥੇ ਮੁਲਾਜ਼ਮਾਂ ਦੇ ਨਾਲ, ਠੀਕ ਹੈ ਜੀ, ਮੌਕਾ ਵੇਖਿਆ ਗਿਆ ਜੀ, ਉਹਦੀ ਵੀਡੀਓਗ੍ਰਾਫੀ ਵੀ ਹੋਈ ਆ,
ਆਸ ਪਾਸ ਦੇ ਮੋਹਤਰਾਂ ਕੋਲ ਪੁੱਛਿਆ ਵੀ ਗਿਆ ਵਾ ਦੋਵਾਂ ਘਰਾਂ 'ਚ ਨੁਕਸਾਨ ਹੋਇਆ ਜੀ ਟੁੱਟ ਭੱਜ ਹੋਈ ਆ ਪਰ ਜਿਹਨਾਂ ਨੇ ਉੱਥੇ ਗੋਲੀ ਵੀ ਚੱਲੀ ਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਕੰਪਲੇਂਟੈਂਟ ਆਏ ਨੇ ਜੀ ਉਹਨਾਂ ਨੂੰ ਪੁੱਛਿਆ ਗਿਆ ਵਾ ਬਿਲਕੁਲ ਉਹ ਕਹਿੰਦੇ ਆ ਵੀ ਠੀਕ ਹੈ ਝਗੜਾ ਹੋਇਆ ਸਾਡੇ ਆਪਣਾ ਤੋੜ ਭੰਨ ਹੋਈ ਹੈ ਪਰ ਫਾਇਰ ਵਰਗੀ ਕੋਈ ਇੰਸੀਡੈਂਟ ਨਹੀਂ ਹੋਇਆ ਅਤੇ ਉਹਨਾਂ ਦੀ ਸਟੇਟਮੈਂਟ ਲਿਖ ਰਹੇ ਹਾਂ ਜੋ ਉਹਦੇ ਵਿੱਚ ਰਿਐਲਿਟੀ ਹੈ ਜੀ ਅਤੇ ਸੀਨੀਅਰ ਅਫਸਰਾਂ ਦੇ ਨਾਲ ਤਾਲਮੇਲ ਕਰਕੇ ਜੋ ਵੈਪਨ ਵੀ ਉਹਨਾਂ ਦੇ ਕੋਲ ਹੈਗੇ ਸੀ ਉਹ ਬੰਦਾ ਕਹਿੰਦਾ ਫਾਇਰ ਹੋਇਆ ਨਹੀਂ ਪਰ ਵੈਪਨ ਹੈਗੇ ਸੀ ਉਹਨਾਂ ਦੇ ਕੋਲ ਨਹੀਂ ਉਹ ਕੰਪਲੇਂਟ ਕਹਿੰਦਾ ਵੀ ਕੋਈ ਫਾਇਰ ਕੋਈ ਵੈਪਨ ਜਾਂ ਕੋਈ ਅਸਲੇ ਵਾਲੀ ਗੱਲ ਨਹੀਂ ਸੀ ਦਾਤਰਾਂ ਜਾਂ ਤਲਵਾਰਾਂ ਨਾਲ ਹੀ ਤੋੜ ਭੰਨ ਹੋਈ ਆ ਅਸਲੇ ਵਾਲੀ ਗੱਲ ਉਹਨਾਂ ਨੇ ਜੋ ਬਿਆਨ ਲਿਖਾਉਣਗੇ ਆਪਣਾ ਅਕੋਰਡਿੰਗ ਟੂ ਇਨਵੈਸਟੀਗੇਸ਼ਨ ਐਂਡ ਲਾਅ ਜੋ ਆਪਣਾ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਊਗਾ ਸਰ ਮੌਕੇ ਤੇ ਤੁਸੀਂ ਪਹੁੰਚੇ ਸੀ ਹਾਂਜੀ ਉਸ ਵਕਤ ਕਿੰਨਾ ਕੁ ਨੁਕਸਾਨ ਜਿਹੜਾ ਉਸ ਪਰਿਵਾਰ ਦਾ ਹੋਇਆ ਸੀ ਜਿਨ੍ਹਾਂ ਦੇ ਖਿਲਾਫ ਐਲੀਗੇਸ਼ਨ ਲਗਾਏ ਸੀ ਉਹਨਾਂ ਦਾ ਵੀ ਉਹਨਾਂ ਹੋਇਆ ਸੀ ਅਤੇ ਜਿਨ੍ਹਾਂ ਨੇ ਲਗਾਇਆ ਸੀ ਉਹਨਾਂ ਦਾ ਵੀ ਉਹਨਾਂ ਹੋਇਆ ਸੀ ਪਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਗੱਲ ਸਾਹਮਣੇ ਆਊਗੀ ਜੀ ਉਹਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ